ਤੇ ਤੁਸੀਂ ਬਹੁਤ ਤਰੀਕਿਆਂ ਦੀ ਪੀਤੀ ਹੋਏਗੀ ਲੇਕਿਨ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਸਪੈਸ਼ਲ ਮਿੰਟ ਔਰ ਰੋਜ਼ ਵਾਲੀ ਚਾਹ ਜਿਹੜੀ ਸਪੈਸ਼ਲ ਸਾਡੇ ਘਰ ਬਣਦੀ ਹੈ ਨਾਲ ਅਸੀਂ ਸਰਵ ਕਰਾਂਗੇ ਗਰਮਾ ਗਰਮ ਗੋਭੀ ਦੇ ਪਰੌਂਠੇ ਸੋ ਹੈਲੋ ਗਾਇਜ਼ ਵੈਲਕਮ ਬੈਕ ਟੂ ਅਰ YouTube ਚੈਨਲ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਚਲੋ ਆਈ ਦੀ ਵੀਡੀਓ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਗੋਭੀ ਨੂੰ ਵਾਸ਼ ਕਰਕੇ ਚੰਗੀ ਤਰ੍ਹਾਂ ਤੇ ਗ੍ਰੇਟ ਕਰ ਲਿਆਏ ਹੁਣ ਉਹਦੇ ਵਿੱਚ ਅਸੀਂ ਮਿਰਚਾਂ ਅਦਰਕ ਔਰ ਕੜੀ ਪੱਤਾ ਐਡ ਕਰਨਾ ਹੈ ਉਹ ਸਾਰੀਆਂ ਚੀਜ਼ਾਂ ਵੀ ਅਸੀਂ ਚੋਪ ਕਰ ਲਿਆ ਨੇ ਅਸੀਂ ਇਸ ਤਰੀਕੇ ਮਸਾਲਾ ਬਣਾਣੇ ਆ ਇਸ ਤਰੀਕੇ ਜਦੋਂ ਤੁਸੀਂ ਮਸਾਲਾ ਦਾ ਪਸੰਦ ਆਏਗੀ ਪੈਨ ਵਿੱਚ ਅਸੀਂ 1 ਟੇਬਲस्पून ਬਟਰ ਐਡ ਕੀਤਾ ਜਦੋਂ ਬਟਰ ਚੰਗੀ ਤਰ੍ਹਾਂ ਮੈਲਟ ਹੋ ਜਾਏਗਾ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ 1/2 ਟੇਬਲस्पून ਜੀਰਾ 1/2 ਟੇਬਲस्पून ਅਜਵਾਇਨ ਐਡ ਕਰਾਂਗੇ ਦੋਨਾਂ ਨੂੰ ਚੰਗੀ ਤਰ੍ਹਾਂ ਰੋਸਟ ਕਰਨ ਤੋਂ ਬਾਅਦ 1 ਟੇਬਲस्पून ਅਦਰਕ ਐਡ ਕੀਤੀ ਹੈ 2 ਟੇਬਲस्पून ਹਰੀ ਮਿਰਚ ਇਹਨੂੰ ਵੀ ਅਸੀਂ 2 ਮਿੰਟ ਤੱਕ ਰੋਸਟ ਕਰਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਚੌਪਡ ਕੜੀ ਪੱਤਾ ਔਰ ਚੌਪਡ ਧਨੀਆ ਐਡ ਕੀਤਾ ਹੈ ਹੁਣ ਇਹਨੂੰ ਅਸੀਂ ਚੰਗੀ ਤਰ੍ਹਾਂ ਰੋਸਟ ਕਰਨ ਤੋਂ ਬਾਅਦ ਇਹਦੇ ਵਿੱਚ ਸਪਾਈਸਿਸ ਐਡ ਕਰਾਂਗੇ 1/2 ਟੇਬਲस्पून ਹਲਦੀ 1/2 ਟੇਬਲस्पून ਨਮਕ 1/2 ਟੇਬਲस्पून ਮਸਾਲਾ ਨਾ ਮਗ ਤੁਸੀਂ ਆਪਣੇ ਸਵਾਦ ਅਨੁਸਾਰ ਐਡ ਕਰ ਸਕਦੇ ਹੋ ਹਾਫ ਟੇਬਲस्पून ਕਾਲੀ ਮਿਰਚ 1 ਟੇਬਲस्पून ਆਮਚੂਰ ਔਰ ਹਾਫ ਟੇਬਲस्पून ਕਸੂਰੀ ਮੇਥੀ ਗਾਇ ਸਪਾਈਸਿਸ ਤੁਸੀਂ ਆਪਣੇ ਸਵਾਦ ਅਨੁਸਾਰ ਵੀ ਐਡ ਕਰ ਸਕਦੇ ਹੋ ਅਗਰ ਤੁਹਾਨੂੰ ਤਿੱਖਾ ਜ਼ਿਆਦਾ ਪਸੰਦ ਕਰਦੇ ਹੋ ਤਾਂ ਤਿੱਖਾ ਵਧ ਵੀ ਕਰ ਸਕਦੇ ਹੋ ਹੁਣ ਜਿਹੜੀ ਅਸੀਂ ਗੋਭੀ ਗ੍ਰੇਟ ਕਰਕੇ ਰੱਖੀ ਸੀ ਉਹਨੂੰ ਇਹਦੇ ਵਿੱਚ ਐਡ ਕਰ ਦਾਂਗੇ ਤੇ ਸਾਰੀ ਸਪਾਈਸਿਸ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰਾਂਗੇ ਜਦੋਂ ਗੋਭੀ ਚੰਗੀ ਤਰ੍ਹਾਂ ਮਿਕਸ ਹੋ ਜਾਏਗੀ ਉਸ ਤੋਂ ਬਾਅਦ ਇਹਨੂੰ ਅਸੀਂ 2-3 ਮਿੰਟ ਤੱਕ ਰੋਸਟ ਕਰਨਾ ਹੈ ਇਸ ਤਰੀਕੇ ਗੋਭੀ ਵਾਲੀ ਪਰੌਂਠੀ ਦੀ ਜਦੋਂ ਤੁਸੀਂ ਫਿਲਿੰਗ ਬਣਾ ਕੇ ਜੋਗੇ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆਇਆ ਹੈ ਹਲਦੀ ਅਸੀਂ ਪਾਣੇ ਆ ਹਲਦੀ ਆਪਸ਼ਨਲ ਹੈ ਤੁਸੀਂ ਚਾਹੋ ਤੇ ਸਕਿਪ ਵੀ ਕਰ ਸਕਦੇ ਹੋ ਵਿਦਾਊਟ ਹਲਦੀ ਵੀ ਸਾਰਾ ਮਸਾਲਾ ਬਣਾ ਕੇ ਰੈਡੀ ਕਰ ਸਕਦੇ ਹੋ ਹੁਣ ਅਸੀਂ ਸਾਰੇ ਮਸਾਲੇ ਨੂੰ ਇੱਕ ਪਲੇਟ 'ਚ ਟਰਾਂਸਫਰ ਕਰ ਲੈਣੇ ਆ ਔਰ ਇਹਨੂੰ 10 ਮਿੰਟ ਲਈ ਠੰਡਾ ਓਨਲੀ ਰੱਖ ਦਿੰਨੇ ਆ ਜਦੋਂ ਫਿਲਿੰਗ ਬਿਲਕੁਲ ਚੰਗੀ ਤਰ੍ਹਾਂ ਠੰਡੀ ਹੋ ਜਾਏਗੀ ਉਸ ਤੋਂ ਬਾਅਦ ਦੇ ਦਿਆਂ ਅਸੀਂ ਪ੍ਰੌਂਠੀਆਂ ਗਰਮਾ-ਗਰਮ ਬਣਾਨੀਆਂ ਸਟਾਰਟ ਕਰਾਂ ਮੋਸਟਲੀ ਗੋਭੀ ਵਾਲੀ ਪ੍ਰੌਂਠੀ ਸਰਦੀਆਂ ਵਿੱਚ ਹੀ ਬਣਾਈ ਜਾਂਦੀ ਹੈ ਸੋ ਜਿੱਦਾਂ ਕੀ ਤੁਹਾਨੂੰ ਪਤਾ ਹੈ ਸਰਦੀਆਂ ਆਉਣ ਵਾਲੀਆਂ ਨੇ ਇਸੇ ਕਰਕੇ ਅਸੀਂ ਤੁਹਾਡੇ ਲਈ ਪਹਿਲਾਂ ਹੀ ਗ ਚਾਹ ਬਣਾ ਕੇ ਰੈਡੀ ਕਰ ਲੈਣੇ ਆ ਸਭ ਤੋਂ ਪਹਿਲਾਂ ਅਸੀਂ ਡੇਢ ਕੱਪ ਪਾਣੀ ਐਡ ਕੀਤਾ ਹੈ ਤੁਸੀਂ ਜਿੰਨੇ ਜਨੇ ਵਾਲੀ ਬਣਾ ਰਹੇ ਹੋ ਉਹਨਾਂ ਪਾਣੀ ਐਡ ਕਰ ਸਕਦੇ ਹੋ ਚਾਰ ਪੰਜ ਲੀਫਸ ਅਸੀਂ ਮਿੰਟ ਦੀ ਐਡ ਕੀਤੀਆਂ ਨੇ ਔਰ ਚਾਰ ਪੰਜ ਗੁਲਾਬ ਦੇ ਪੱਤੇ ਐਡ ਕੀਤੇ ਨੇ ਗੁਲਾਬ ਨੂੰ ਅਸੀਂ ਸੁਕਾ ਕੇ ਰੱਖਿਆ ਸੀ ਥੋੜਾ ਜਿਹਾ ਅਦਰਕ ਵੀ ਐਡ ਕੀਤਾ ਹੈ ਹੁਣ ਇਹਦੇ ਵਿੱਚ ਅਸੀਂ ਕੁਝ ਖੜੇ ਮਸਾਲੇ ਵੀ ਐਡ ਕਰਾਂਗੇ ਦੋ ਲੌਂਗ ਐਡ ਕੀਤੀ ਹੈ ਦਾਲਚੀਨੀ ਵੱਡੀ ਲਾਚੀ ਔਰ ਛੋਟੀ ਲਾਚੀ ਵੀ ਐਡ ਕੀਤੀ ਹੈ ਅਸੀਂ ਘਰ ਜਦੋਂ ਵੀ ਚਾਹ ਬਣਾਣੇ ਆ ਇਸੇ ਤਰੀਕੇ ਦੀ ਚਾਹ ਬਣਾਣੇ ਗਾਇਜ਼ ਅਗਰ ਤੁਹਾਨੂੰ ਚਾਹ ਦੇ ਮਸਾਲੇ ਦੀ ਰੈਸਪੀ ਚਾਹੀਦੀ ਹੈ ਤਾਂ ਤਾਂ ਵੀ ਸਾਨੂੰ ਕਮੈਂਟ ਤੇ ਐਡ ਕੀਤੀ ਹੈਰ ਸਵਾਦ ਅਨੁਸਾਰ ਖੰਡ ਐਡ ਕੀਤੀ ਹੈ ਤੁਸੀਂ ਆਪਣੇ ਸਵਾਦ ਅਨੁਸਾਰ ਐਡ ਕਰ ਸਕਦੇ ਹੋ ਇਸ ਤਰੀਕੇ ਦੀ ਚਾਹ ਬਣਾ ਕੇ ਅਗਰ ਤੁਸੀਂ ਪੀਓਗੇ ਨਾ ਤੇ ਤੁਸੀਂ ਆਪਣੇ ਘਰ ਦੀ ਸਿੰਪਲ ਚਾਹ ਪੀਣੀ ਬੰਦ ਕਰ ਦੋਗੇ ਜਦੋਂ ਇੱਕ ਵਾਰੀ ਆਹ ਵਾਲੀ ਚਾਹ ਪੀ ਲੋਗੇ ਅਗਰ ਕਿਸੇ ਨੂੰ ਖੜੇ ਮਸਾਲੇ ਨਹੀਂ ਪਸੰਦ ਤਾਂ ਸਕਿਪ ਕਰਕੇ ਅਦਰਕ ਮਿੰਟ ਔਰ ਗੁਲਾਬ ਪਾ ਕੇ ਵੀ ਬਣਾ ਸਕਦੇ ਹੋ ਦੇ ਨਾਲ ਵੀ ਟੇਸਟ ਬਹੁਤ ਵਧੀਆ ਆਉਂਦਾ ਇਹਦੇ ਵਿੱਚ ਅਸੀਂ ਹਾਫ ਟੇਬਲस्पून ਕਾਲੀ ਮਿਰਚੀ ਵੀ ਐਡ ਕੀਤੀ ਹੈ ਇਹਦੇ ਨਾਲ ਸਾਡਾ ਗਲਾ ਵਗੈਰਾ ਬਿਲਕੁਲ ਠੀਕ ਰਹਿੰਦਾ ਹੈ ਸੋ ਇੱਥੇ ਸਾਡੀ ਚਾਹ ਬਣ ਕੇ ਰੈਡੀ ਹੋ ਚੁੱਕੀ ਹੈ ਹੁਣ ਅਸੀਂ ਕਰਦੇ ਹਾਂ ਪਰੌਂਠੇ ਬਣਾਉਂਦੀ ਤਿਆ ਇੱਥੇ ਅਸੀਂ ਇੱਕ ਛੋਟਾ ਪੇੜਾ ਵੇਲ ਕੇ ਉਹਦੇ ਵਿੱਚ ਫਿਲਿੰਗ ਭਰ ਲਈ। ਅਸੀਂ ਇੱਥੇ ਅੱਜ ਸਿੰਗਲ ਪੇੜੇ 'ਚ ਪ੍ਰੌਨਠੀ ਬਣਾ ਰਹੇ ਹਾਂ। ਤੁਸੀਂ ਚਾਹੋ ਤੇ ਡਬਲ ਪੇੜੇ 'ਚ ਵੀ ਬਣਾ ਸਕਦੇ ਹੋ ਜਿੰਨੇ ਜਿੰਨੂੰ ਸਿੰਗਲ ਪੇੜੇ ਵਿੱਚ ਬਣਾਉਣੀ ਜ਼ਿਆਦਾ ਡਿਫਿਕਲਟ ਲੱਗਦੀ ਹੈ ਉਹ ਡਬਲ ਪੇੜਾ ਯੂਜ਼ ਕਰਕੇ ਤੇ ਆਰਾਮ ਨਾਲ ਪ੍ਰੌਨਠੀ ਬਣਾ ਕੇ ਰੈਡੀ ਕਰ ਸਕਦਾ ਹੈ। ਸੋ ਇੱਥੇ ਹੁਣ ਅਸੀਂ ਪ੍ਰੌਨਠੀ ਨੂੰ ਚੰਗੀ ਤਰ੍ਹਾਂ ਵੇਲਾਂਗੇ। ਇਸ ਤਰੀਕੇ ਅਸੀਂ ਇਹਨੂੰ ਦਬਾ ਰਹੇ ਹਾਂ ਫਿੰਗਰਸ ਦੇ ਨਾਲ ਤਾਂ ਕਿ ਫਿਲਿੰਗ ਸਾਰੋ ਸਾਈਡ ਤੇ ਚਲੇ ਜਾਏ। ਜੇ ਜਦੋਂ ਵੀ ਪ੍ਰੌਨਠੀ ਨੂੰ ਵੇਲਣਾ ਹੈ ਬਿਲਕੁਲ ਹਲਕੇ ਹੱਥ ਨਾਲ ਵੇਲਣਾ ਤਾਂ ਕਿ ਪ੍ਰੌ ਸਾਡੀ ਪ੍ਰੌਂਟੀ ਕਦੀ ਵੀ ਨਹੀਂ ਫਟੇਗੀ ਔਰ ਸਾਨੂੰ ਪਾਣੀ ਨਿਚੋੜਨ ਦੀ ਵੀ ਜ਼ਰੂਰਤ ਨਹੀਂ ਪੈਂਦੀ ਸੋ ਇੱਥੇ ਸਾਡੀ ਪ੍ਰੌਂਟੀ ਵੇਲੀ ਜਾ ਚੁੱਕੀ ਹੈ ਔਰ ਅਸੀਂ ਤਵੇ ਉੱਤੇ ਕਿਉਂ ਲਗਾ ਲਿਆ ਤਵਾ ਜਦੋਂ ਬਿਲਕੁਲ ਚੰਗੀ ਤਰ੍ਹਾਂ ਗਰਮ ਹੋ ਜਾਏ ਉਸ ਤੋਂ ਬਾਅਦ ਹੀ ਉਹਦੇ ਉੱਤੇ ਪ੍ਰੌਂਟੀ ਪਾਣੀ ਚਾਹੀਦੀ ਹੈ ਇਸੇ ਤਰੀਕੇ ਅਸੀਂ ਦੂਸਰੇ ਪਾਸੇ ਚੰਗੀ ਤਰ੍ਹਾਂ ਰੋਟੀਆਂ ਨੂੰ ਸੇਕ ਕੇ ਤੇ ਕਿਉ ਲਗਾਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਰਾੜ ਕੇ ਰੈਡੀ ਕਰਾਂਗੇ। ਇਦਾਂ ਬਹੁਤ ਹੀ ਜ਼ਿਆਦਾ ਕ੍ਰਿਸਪੀ ਔਰ ਕਰੰਚੀ ਪਰੌਂਠੀ ਬਣ ਕੇ ਰੈਡੀ ਹੁੰਦੀ ਹੈ। ਤੁਸੀਂ ਕੋਈ ਵੀ ਕੁਕਿੰਗ ਔਇਲ ਯੂਜ਼ ਕਰ ਸਕਦੇ ਹੋ ਪਰੌਂਠੀ ਬਣਾਣ ਲਈ ਜਾਂ ਫਿਰ ਦਾਲਦਾ ਔਇਲ ਜਾਂ ਫਿਰ ਰਿਫਾਈਨਡ ਔਇਲ ਯੂਜ਼ ਕਰ ਸਕਦੇ ਹੋ ਜਿਹੜਾ ਤੁਸੀਂ ਰੈਗੂਲਰ ਯੂਜ਼ ਕਰਦੇ ਹੋ ਉਹ ਯੂਜ਼ ਕਰ ਸਕਦੇ ਹੋ। ਜਦੋਂ ਵੀ ਪਰੌਂਠੀ ਨੂੰ ਇੱਕ ਸਾਈਡ ਤੋਂ ਸੇਕਣਾ ਹੈ ਇਸ ਤਰੀਕੇ ਦੂਸਰੀ ਸਾਈਡ ਤੋਂ ਸਪੈਚੂਲਾ ਦੇ ਨਾਲ ਅਗਰ ਦਬਾਉਂਦੇ ਰਾਵਾਂਗੇ ਤਾਂ ਬਹੁਤ ਵਧੀਆ ਤਰੀਕੇ ਨਾਲ ਪਰੌਂਠੀ ਸਾਡੀ ਰਾੜ ਕੇ ਰੈ ਕੇ ਸਪੈਚੂਲਾ ਦੀ ਮਦਦ ਨਾਲ ਫੇਰੇ ਨੂੰ ਸੇਕਾਂਗੇ ਇਸ ਤਰੀਕੇ इजीली ਤੁਸੀਂ ਸਾਰੀਆਂ ਹੀ ਪ੍ਰੌਂਠੀਆਂ ਬਣਾ ਕੇ ਰੈਡੀ ਕਰ ਸਕਦੇ ਹੋ ਗਾਇਜ਼ ਮੈਂ ਆਪਣੇ ਚੈਨਲ ਤੇ ਹੋਰ ਵੀ ਪ੍ਰੌਂਠੀਆਂ ਦੀਆਂ ਵੀਡੀਓਜ਼ ਅਪਲੋਡ ਕੀਤੀਆਂ ਨੇ ਆਲੂ ਵਾਲੀ ਪ੍ਰੌਂਠੀ ਮੂਲੀ ਵਾਲੀ ਪ੍ਰੌਂਠੀ ਔਰ ਕੜੀ ਵਾਲੀ ਪ੍ਰੌਂਠੀ ਜਾ ਕੇ ਫਟਾਫਟ ਓਵਰਲੇ ਵਲੌਗ ਵੀ ਵੇਖੋ ਔਰ ਇਸ ਤਰੀਕੇ ਦੀ ਪ੍ਰੌਂਠੀਆ ਬਣਾ ਕੇ ਘਰ ਟਰਾਈ ਕਰੋ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਨੇ ਔਰ ਤੁਸੀਂ ਨੈਕਸਟ ਕਿਹੜੀ ਪ੍ਰੌਂਠੀ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਉਹ ਵੀ ਸਾਨੂੰ ਕਮੈਂਟ ਕਰਕੇ ਦੱਸਿਓ ਅਸੀਂ ਤਾਂ ਡੇਲੀ ਉਹ ਵੀ ਵੀਡੀਓ ਲੈ ਕੇ ਆਵਾਂਗੇ ਸੋ ਤੁਸੀਂ ਦੇਖ ਸਕਦੇ ਹੋ ਤੇ ਸਾਡੇ ਗਰਮਾ ਗਰਮ ਗੋਭੀ ਵਾਲ ਸਕਦੇ ਲੇਕਿਨ ਅਸੀਂ ਤੇ ਗਰਮਾ ਗਰਮ ਚਾਹ ਬਣਾਈ ਹੈ ਸਪੈਸ਼ਲ ਵਾਲੀ ਉਹ ਸਰਵ ਕਰਾਂਗੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਅੱਛਾ ਲੱਗਿਆ ਹੋਵੇ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਨਹੀਂ ਮਿਲਦੇ ਨੈਕਸਟ ਵੀਡੀਓ ਬਾਏ